ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕੀ ਅਤੇ ਅਕਾਦਮਿਕ ਕਾਰਜਾਂ ਨੂੰ ਵਿਚਾਰਨ ਲਈ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜੱਗੀ ਕੌਰ ਦੀ ਪ੍ਰਧਾਨਗੀ ਹੇ ਐਜੂਕੇਸ਼ਨ ਕਮੇਟੀ ਦੀ ਬੈਠਕ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਸਕੂਲਾਂ ਕਾਲਜਾਂ ਵਿੱਚ ਲਾਇਬ੍ਰੇਰੀ ਨੂੰ ਸਮੇਂ ਦਾ ਹਾਨੀ ਬਣਾਉਣ ਦੇ ਨਾਲ ਵਿਦਿਆਰਥੀਆਂ ਦੇ ਰੋਜ਼ਗਾਰ ਲਈ ਵੱਖ ਵੱਖ ਕੰਪਨੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਪ੍ਰਚਾਰ ਦੇ ਨਾਲ ਨਾਲ ਵਿੱਦਿਆ ਦੇ ਪ੍ਰਸਾਰ ਵਿੱਚ ਵੀ ਲੰਮੇ ਅਰਸੇ ਤੋਂ ਵੱਡੀ ਭੂਮਿਕਾ ਨਿਭਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜਾਂ ਨੂੰ ਹਮੇਸ਼ਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਘਾੜਤ ਲਈ ਕਾਰਜ ਕੀਤੇ ਹਨ। ਐਜੂਕੇਸ਼ਨ ਕਮੇਟੀ ਦੀ ਬੈਠਕ ਦੌਰਾਨ ਵਿੱਦਿਅਕ ਅਦਾਰਿਆਂ ਦੇ ਮਸਲਿਆਂ ਦਾ ਸਰਲੀਕਰਨ ਵੀ ਕੀਤਾ ਗਿਆ ਅਤੇ ਹੋਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਲਾਈਵ। ਵਾਹਿਗੁਰੂ ਜੀ ਕੀ ਫਤਿਹ। ਅੱਜ ਪਹਿਲਾਂ ਅਸੀਂ ਕੀਤੀ ਹੈ ਐਜੂਕੇਸ਼ਨ ਕਮੇਟੀ ਮੀਟਿੰਗ, ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਕੂਲ ਕਾਲਜ ਦੇ ਵਿੱਚ ਧਾਰਮਿਕ ਵਿਸ਼ਾ ਜਿਹੜਾ ਉਹ ਪੜ੍ਹਾਇਆ ਜਾਵੇ। ਹਰ ਸਕੂਲ ਜਿਹੜਾ ਉਹ ਸਵੇਰੇ ਸ਼ਬਦ ਗਾਇਨ ਕਰਕੇ ਅਤੇ ਅਰਦਾਸ ਕਰਕੇ ਕਲਾਸਾਂ ਸ਼ੁਰੂ ਕਰੇ। ਹਰ ਕਲਾਸ ਦੇ ਵਿੱਚ ਜਿਹੜਾ ਧਾਰਮਿਕ ਟੀਚਰ ਜਿਹੜਾ ਉਹ ਆਪਣਾ ਜਿਹੜਾ ਗਿਆਨ ਹੈ ਉਹ ਵੰਡੇ। ਨਾਲ ਨਾਲ ਹੀ ਇਹ ਮਹਿਸੂਸ ਕੀਤਾ ਗਿਆ ਕਿ ਸਾਡੇ ਬੱਚਿਆਂ ਦਾ ਰੁਝਾਨ ਜਿਹੜਾ ਵਿਦੇਸ਼ਾਂ ਵਾਲੇ ਪਾਸੇ ਨੂੰ ਬਹੁਤ ਜਾ ਰਿਹਾ ਹੈ, ਅਤੇ ਜੇ ਜਾਣਾ ਵੀ ਹੋਵੇ ਤਾਂ ਉਹਨਾਂ ਨੂੰ ਉੱਚ ਵਿੱਦਿਆ ਨਾਲ ਜੋੜ ਕੇ ਭੇਜਿਆ ਜਾਵੇ। ਆਪਣੇ ਜਿੰਨੇ ਵੀ ਯੂਨੀਵਰਸਿਟੀ ਅਤੇ ਕਾਲਜ ਹੈ ਉਹਨਾਂ ਦੇ ਨਾਲ ਅਸੀਂ ਬਾਹਰਲੀਆਂ ਯੂਨੀਵਰਸਿਟੀਆਂ ਦੇ ਨਾਲ ਅਸੀਂ ਕਰਨ ਲੱਗੇ ਹਾਂ ਇੱਕ ਫੈਸਲਾ ਆਪਸ ਵਿੱਚ ਮਿਊਚਲ ਤੌਰ ਦੇ ਉੱਤੇ ਕਿ ਅਸੀਂ ਇੱਥੇ ਬੱਚੇ ਜਿਹੜੇ ਪੜ੍ਹਾਵਾਂਗੇ ਇੱਕ ਸਾਲ ਪੜ੍ਹ ਕੇ ਫਿਰ ਦੋ ਸਾਲ ਪੜ੍ਹ ਕੇ ਅਤੇ ਫਿਰ ਬਾਹਰਲੀ ਯੂਨੀਵਰਸਿਟੀ 'ਚ ਜਾ ਕੇ ਪੜ੍ਹਨਗੇ। ਇਸ ਤਰ੍ਹਾਂ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਉਹ ਸਾਡੇ ਕਾਲਜ ਵਿੱਚ ਆਉਣਗੇ, ਸਾਡੀ ਯੂਨੀਵਰਸਿਟੀ 'ਚ ਆਉਣਗੇ, ਜਿਹਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਇੱਥੇ ਵੀ ਜਿਹੜੀ ਪਹਿਲੇ ਪੜ੍ਹਾਈ ਛੱਡ ਕੇ ਜਾਣ ਦਾ ਰੁਝਾਨ ਹੈ ਉਹ ਘਟੇਗਾ। ਕਮ ਸੇ ਕਮ ਉਹ ਕਾਲਜ ਵਿੱਚ ਦਾਖਲ ਹੋਣਗੇ, ਪੜ੍ਹਨਗੇ, ਸਾਲ ਦੋ ਸਾਲ ਬਾਅਦ ਫਿਰ ਉਹਨਾਂ ਪਤਾ ਹੋਏਗਾ ਕਿ ਅਸੀਂ ਉਸ ਯੂਨੀਵਰਸਿਟੀ ਜਾ ਕੇ ਬਾਕੀ ਪੜ੍ਹਾਈ ਕਰਨੀ ਹੈ। ਇੱਦਾਂ ਹੀ ਉੱਧਰ ਜਿਹੜੇ ਬੱਚੇ ਹੋਣਗੇ ਉਹ ਇੱਧਰਲੇ ਪਾਸੇ ਆ ਕੇ ਪੜ੍ਹਾਈ ਕਰਨਗੇ। ਇੱਕ ਅਸੀਂ ਅੱਜ ਕਿਉਂਕਿ ਜਿਹੜੀ ਘਰ ਘਰ ਅੰਦਰ ਧਰਮਸਾਲ ਲਹਿਰ ਸ਼ੁਰੂ ਕੀਤੀ ਹੈ ਉਹ ਘਰ ਘਰ ਅੰਦਰ ਧਰਮਸਾਲ ਲਹਿਰ ਦੇ ਤਹਿਤ ਅੱਜ ਜਿੰਨੇ ਵੀ ਸਾਡੇ ਸਿੱਖ ਮਿਸ਼ਨਰੀ ਕਾਲਜ ਨੇ ਜਾਂ ਗੁਰਮਤਿ ਕਾਲਜ ਹੈ ਜਾਂ ਵੱਖ ਵੱਖ ਜਥੇਬੰਦੀਆਂ ਜਿਸ ਦਾ ਸਟੱਡੀ ਸਰਕਲ ਹੋਇਆ ਉਹਨਾਂ ਦੇ ਅਸੀਂ ਪ੍ਰਿੰਸੀਪਲਸ ਬੁਲਾਏ ਸੀ, ਉਹਨਾਂ ਦੇ ਇੰਚਾਰਜ ਬੁਲਾਏ ਸੀ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਨਾਲ ਤੁਸੀਂ ਸਹਿਯੋਗ ਦਿਓ। ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਬੜੀ ਤਸੱਲੀ ਵੀ ਪ੍ਰਗਟ ਕੀਤੀ ਔਰ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇਹ ਬਹੁਤ ਕੀਮਤੀ ਅਤੇ ਬਹੁਤ ਮਹੱਤਵਪੂਰਨ ਜਿਹੜਾ ਇਹ ਸਾਡਾ ਕਾਰਜ ਸ਼ੁਰੂ ਹੋਇਆ ਕਿ ਜਿਹੜੀ ਸਾਡੀ ਲੋੜ ਹੈ ਕਿ ਪਨੀਰੀ ਕਿੱਦਾਂ ਸਾਂਭਣੀ ਹੈ, ਉਸ ਪਨੀਰੀ ਨੂੰ ਸਾਂਭਣ ਵਾਸਤੇ ਘਰ ਘਰ ਦੇ ਵਿੱਚ ਜਦੋਂ ਅਸੀਂ ਜਾ ਕੇ ਲਿਟਰੇਚਰ ਵੰਡ ਰਹੇ ਹਾਂ, ਜਦੋਂ ਅਸੀਂ ਘਰ ਘਰ ਵਿੱਚੋਂ ਬੱਚੇ ਕੱਢ ਕੇ ਗੁਰਦੁਆਰੇ ਦੇ ਵਿੱਚ ਕਲਾਸਾਂ ਲਾ ਰਹੇ ਹਾਂ ਅਤੇ ਹਰ ਇੱਕ ਨੂੰ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਪੂਰੀ ਸੰਥਿਆ ਦੇ ਕੇ ਯਾਦ ਕਰਾ ਰਹੇ ਹਾਂ, ਸ਼ੁੱਧ ਪਾਠ ਕਰੇਗਾ ਬੱਚਾ, ਪਰਿਵਾਰ ਵੀ, ਮਾਂ ਵੀ, ਬਾਪ ਵੀ, ਜਦੋਂ ਸ਼ੁੱਧ ਪਾਠ ਜਪਜੀ ਸਾਹਿਬ ਦਾ ਕਰਨ ਲੱਗ ਜਾਵੇ ਸਮਝੋ ਮੂਲ ਜਿਹੜਾ ਉਹ ਸ਼ੁੱਧ ਹੋ ਗਿਆ ਅਤੇ ਆਪਣੇ ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸ਼ੁੱਧ ਪੜ੍ਹਨ ਲੱਗ ਜਾਏਗਾ। ਸੋ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇੰਨਾ ਸਾਰਥਕ ਹੋਇਆ, ਇੰਨਾ ਕਾਮਯਾਬ ਹੋਇਆ ਕਿ ਅੱਜ ਜਿਸ ਵੀ ਪਿੰਡ 'ਚ ਜਾ ਰਹੇ ਹੈ ਸਾਰੇ ਗ੍ਰੰਥੀ ਸਹਿਯੋਗ ਦੇ ਰਹੇ ਆ, ਸਾਰੇ ਪਤਵੰਤੇ ਸੱਜਣ ਸਹਿਯੋਗ ਦੇ ਰਹੇ ਆ, ਸਾਰੇ ਬੱਚਾ ਬੱਚਾ ਪਿੰਡ ਦੇ ਵਿੱਚੋਂ ਨਿਕਲ ਕੇ ਉੱਥੇ ਪਾਠ ਸਿੱਖਣ ਆ ਰਿਹਾ। ਬੜੀ ਖੁਸ਼ੀ ਹੈ ਕਿ ਕਿਸੇ ਪਿੰਡ 'ਚੋਂ 60 ਅੰਮ੍ਰਿਤ ਪਾਨ ਕਰਨ ਵਾਲੇ ਨਿਕਲਦੇ ਆ, ਕੋਈ ਤਾਂ 100 ਨਿਕਲਦਾ, ਅੱਜ ਇੱਕੋ ਪਿੰਡ ਦੇ ਵਿੱਚ 400 ਪ੍ਰਾਣੀ ਜਿਹੜਾ ਉਹ ਅੰਮ੍ਰਿਤ ਛੱਕ ਰਿਹਾ। ਸੋ ਇਹ ਬੜੀ ਕਾਮਯਾਬ ਲਹਿਰ ਬਣ ਰਹੀ ਹੈ। ਇਸ ਕਰਕੇ ਜੋ ਸਿੱਖ ਮਿਸ਼ਰੀ ਕਾਲਜਾਂ ਵਾਲੇ ਇੰਚਾਰਜ ਆਏ ਹੈ ਉਹਨਾਂ ਨੇ ਵੀ ਤਸੱਲੀ ਪ੍ਰਗਟ ਕੀਤੀ ਹੈ ਕਿ ਅਸੀਂ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਸਹਿਯੋਗ ਦੇਵਾਂਗੇ। 4-5 ਦਿਨਾਂ ਦੇ ਵਿੱਚ ਵਿੱਚ ਹੀ ਸਾਰੇ ਜਿਹੜੇ ਪ੍ਰਚਾਰਕ ਹੈ, ਸਾਰੇ ਜਿਹੜੇ ਵੱਖ ਵੱਖ ਕਾਲਜਾਂ ਨਾਲ ਸੰਬੰਧਿਤ ਹੈ, ਭਾਵੇਂ ਉਹ ਪਾਸ ਆਊਟ ਕਰ ਗਏ ਹੈ ਭਾਵੇਂ ਪੜ੍ਹ ਰਹੇ ਹੈ, ਉਹਨਾਂ ਨੂੰ ਮੈਂ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਕਰ ਰਹੀ ਹਾਂ ਔਰ ਕੌਮ ਨੂੰ ਇਹ ਦੱਸਣ ਵਾਸਤੇ ਕਿ ਸਾਡੇ ਕੋਲ ਪ੍ਰਚਾਰਕਾਂ ਦੀ ਕਮੀ ਨਹੀਂ। ਸਾਰੇ ਪ੍ਰਚਾਰਕ ਇਕੱਠੇ ਹੋ ਕੇ ਜਦੋਂ ਅਸੀਂ ਮੋਹਲੇ ਤਾਰ ਜਿਸ ਤਰ੍ਹਾਂ ਵਰਖਾ ਹੁੰਦੀ ਹੈ ਇਸੇ ਤਰ੍ਹਾਂ ਘਰ ਘਰ ਪ੍ਰਚਾਰ ਕਰਾਂਗੇ ਅਤੇ ਉਹ ਦਿਨ ਦੂਰ ਨਹੀਂ ਜਦੋਂ ਹਰ ਘਰ ਦੇ ਵਿੱਚੋਂ ਚੰਗੇ
सिख जड़े है सूझवान निकलेंगे और गुरसिखी का वाधा होगा। सो उन्होंने बड़ा सहयोग देन का अज साडे नाल वादा किया और यह भी कहा कि जल्दी सारियां नूं असीं लैके आवांगे पूरे परिवार नूं पूरे स्टूडेंट्स नूं जिहड़े पास आउट कर गए या जिहड़े काम कर रहे उन्होंने भी लियावांगे ते वड्डा जिहड़ा इत्थे समागम है उन्हों का मीटिंग जिहड़ी है कीती जाए।